ਸੁਣ ਭਰਾਵੋ, ਇਹ ਲੱਗੀ ਹੋਈ ਹਲਦੀ ਦੀ ਫਸਲ ਲਗਭਗ ਪੂਰੇ 1 ਮਹੀਨੇ ਦੀ ਹੋ ਚੁੱਕੀ ਹੈ ਜੀ। 1 ਮਹੀਨਾ ਬਿਜਾਈ ਕੀਤੇ ਨੂੰ ਹੋ ਗਿਆ ਅਤੇ 8 ਕੁ ਦਿਨ ਹੋਏ ਆ, 10 ਦਿਨ ਇਹਨੂੰ ਉੱਗਰੀ ਹੋਈ ਨੂੰ। ਜਿੰਨੀ ਸੋਹਣੀ ਹਲਦੀ ਦੀ ਫਸਲ ਜਰਮੀਨੇਸ਼ਨ ਹੋਈ ਹੈ ਜੀ, ਅਤੇ ਉਦੋਂ ਵੱਧ ਸੋਹਣੇ ਕੱਖ ਜਰਮੀਨੇਟ ਹੋਏ ਆ ਜੀ। ਇਹਨਾਂ ਨਾਲ ਕਰਨਾ ਹੁਣ ਆਪਾਂ ਯੁੱਧ, ਅਤੇ ਲਾ ਦੇਣੇ ਆ ਟਿਕਾਣੇ, ਹਲਦੀ ਦੀ ਫਸਲ ਨੂੰ ਸੇਵ ਕਰਨਾ। ਆਉਣ ਵਾਲੀਆਂ ਬਰਸਾਤਾਂ ਦੇ ਵਿੱਚ ਇਹਦੀ ਗਰੋਥ ਹੋਰ ਵੀ ਜ਼ਿਆਦਾ ਵਧੀਆ ਹੋਏਗੀ। ਜਿਹੜੇ ਜਿਹੜੇ ਵੀਰਾਂ ਨੇ ਹਲਦੀ ਲਾਈ ਹੋਈ ਹੈ ਜੀ, ਕਮੈਂਟ ਦੇ ਵਿੱਚ ਆਪਣਾ ਐਡਰੈਸ, ਨਾਮ ਡਿਸਕ੍ਰਿਪਸ਼ਨ ਦੇ ਵਿੱਚ ਪਾਇਓ।